ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਰਸੁਖ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਇੱਕ ਅਜਿਹੀ ਨਿਊਜ਼ ਲੈ ਕੇ ਆਇਆ ਜਿਹਦੇ ਨਾਲ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਯਾਰ। ਉਸ ਤੋਂ ਪਹਿਲਾਂ ਯਾਰ ਸਬਸਕ੍ਰਾਈਬ ਕਰ ਦਿਉ, ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਲਾਈਕ ਕਰ ਦਿਉ, ਵੀਡੀਓ ਨੂੰ ਸ਼ੇਅਰ ਕਰ ਦਿਉ। ਅਤੇ ਗਿੱਪੀ ਗਰੇਵਾਲ ਭਾਅ ਜੀ ਨੂੰ ਸਾਡੇ ਵੀ ਟੀਮ ਵੱਲੋਂ ਬਹੁਤ ਬਹੁਤ ਸ਼ੁਭਕਾਮਨਾ। ਉਹਨਾਂ ਦੀ ਨਵੀਂ ਫਿਲਮ ਆਉਣ ਵਾਲੀ ਹੈ ਮੰਜੇ ਬਿਸਤਰੇ 2, ਅਤੇ ਗਾਣਾ ਉਹਨਾਂ ਦਾ ਆਉਣ ਵਾਲਾ 25 ਮਾਰਚ ਨੂੰ। ਦੇਖਦੇ ਹਾਂ ਕੀ ਡਿਟੇਲਸ ਹੈ, ਕੀ ਗਾਣੇ ਦਾ ਨਾਮ ਹੈ, ਕਿਵੇਂ ਦਾ ਹੋਏਗਾ ਗਾਣਾ, ਅਤੇ ਕੁਛ ਡਿਸਾਈਡ ਕਰਦੇ ਹਾਂ ਅਤੇ ਕੁਛ ਡਿਸਕਸ ਕਰਦੇ ਹਾਂ ਸਕਰੀਨ ਸ਼ੋਟਸ ਮੰਜੇ ਬਿਸਤਰੇ 2 ਟ੍ਰੇਲਰ ਦੇ। ਦੇਖਦੇ ਹਾਂ ਹੁਣ ਕੀ ਹੁੰਦਾ ਹੈ ਸਾਗਾ ਮਿਊਜ਼ਿਕ ਦੇ, ਅਤੇ ਲੈਟ ਸੀ। ਹੁਣ ਆਪਾਂ ਹੰਬਲ ਮਿਊਜ਼ਿਕ ਦੇ ਜਿਹੜਾ ਔਫੀਸ਼ੀਅਲ ਚੈਨਲ, ਜਿਹੜਾ ਉਹਨਾਂ ਦਾ ਫੇਸਬੁੱਕ ਪੇਜ ਹੈ, ਉੱਤੇ ਤੁਸੀਂ ਦੇਖ ਸਕਦੇ ਹੋ। ਉਹਨਾਂ ਨੇ ਲਿਖਿਆ ਹੋਇਆ ਜ਼ੁਬਾਨ ਹੈਸ਼ਟੈਗ ਜ਼ੁਬਾਨ ਰਿਲੀਜ਼ਿੰਗ ਔਨ 25th March ਹੰਬਲ ਮੋਸ਼ਨ ਪਿਕਚਰ ਸਾਗਾ ਮਿਊਜ਼ਿਕ ਯੂਨੀਸੇਸ ਮੰਜੇ ਬਿਸਤਰੇ 2 ਗਿੱਪੀ ਗਰੇਵਾਲ। ਡਿਟੇਲ ਦੀ ਗੱਲ ਕਰਾਂਗੇ, ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜ਼ੁਬਾਨ ਗਾਣਾ ਉਹਨਾਂ ਦਾ ਮੰਜੇ ਬਿਸਤਰੇ 2 ਦਾ ਗਾਣਾ ਹੈ, ਅਤੇ ਜਿਹੜਾ ਮੰਜੇ ਬਿਸਤਰੇ 2 ਤੁਸੀਂ ਦੇਖੋਗੇ ਫਿਲਮ ਉਹਦੇ ਵਿੱਚ ਆਏਗਾ। ਅਤੇ ਇਹਦੇ ਮਿਊਜ਼ਿਕ ਵਗੈਰਾ ਦੀ ਗੱਲ ਕਰਾਂਗੇ, ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦ ਹਰਸੁਖ ਪ੍ਰੋਡਕਸ਼ਨ ਆਪਣੀ ਐਪ ਲੈ ਕੇ ਹਾਜ਼ਰ ਨੇ। ਬਸ ਥੋੜ੍ਹੇ ਦਿਨਾਂ 'ਚ ਤੁਹਾਨੂੰ ਐਪ ਦਾ ਲਿੰਕ ਮਿਲ ਜਾਏਗਾ, ਵੈਬਸਾਈਟ ਦਾ ਲਿੰਕ ਮਿਲ ਜਾਏਗਾ, ਸਭ ਕੁਝ ਮਿਲ ਜਾਏਗਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜ਼ੁਬਾਨ ਗਾਣੇ ਦੇ ਬਾਰੇ। ਹੰਬਲ ਮਿਊਜ਼ਿਕ ਦੇ ਔਫੀਸ਼ੀਅਲ ਫੇਸਬੁੱਕ ਪੇਜ ਤੁਸੀਂ ਚੈੱਕ ਕਰ ਸਕਦੇ ਹੋ। ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕੁਝ ਮੰਜੇ ਬਿਸਤਰੇ 2 ਦੇ ਸਕਰੀਨਸ਼ੋਟਸ। ਬੋਰ ਨਾ ਹੋ ਇਸ ਕਰਕੇ ਅਸੀਂ ਸਕਰੀਨਸ਼ੋਟਸ ਬਹੁਤ ਘੱਟ ਤੁਹਾਨੂੰ ਦਿਖਾਏ ਨੇ, ਬਸ 3-4 ਦਿਖਾਏ ਨੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜ਼ੁਬਾਨ ਗਾਣੇ ਦੇ ਬਾਰੇ। ਜ਼ੁਬਾਨ ਆਪਾਂ ਫਿਰ ਇੱਕ ਵਾਰ ਹੋਰ ਦੇਖ ਲੈਂਦੇ ਹਾਂ ਹੰਬਲ ਮਿਊਜ਼ਿਕ ਦਾ ਔਫੀਸ਼ੀਅਲ ਫੇਸਬੁੱਕ ਪੇਜ 'ਤੇ ਜਿਹੜੀ ਪੋਸਟ ਆਈ ਸੀ 4 ਮਿੰਟ ਪਹਿਲਾਂ, ਆਪਾਂ ਉਹੀ ਉਹਨਾਂ ਨੂੰ ਸਕਰੀਨਸ਼ੋਟ ਲੈ ਕੇ ਤੁਹਾਨੂੰ ਦਿਖਾ ਰਹੇ ਹਾਂ। ਜ਼ੁਬਾਨ ਗਾਣਾ ਰਿਲੀਜ਼ ਹੋਣ ਵਾਲਾ ਹੈ, ਜ਼ੁਬਾਨ ਅਤੇ ਕੁੜੀ ਮਤਲਬ ਹਮ ਗਿੱਪੀ ਗਰੇਵਾਲ ਜੀ ਪ੍ਰੈਜੈਂਟ ਕਰ ਰਹੇ ਇਹਨੂੰ। ਅਤੇ ਇਹਦਾ ਜ਼ੁਬਾਨ ਆਪਾਂ ਫਿਰ ਪੜ੍ਹਦੇ ਹਾਂ, ਹੈਸ਼ਟੈਗ ਜ਼ੁਬਾਨ ਰਿਲੀਜ਼ਿੰਗ ਔਨ 25th March। ਉਸਤੇ ਉਹਨਾਂ ਨੇ ਕੁਛ ਇਮੋਜੀਜ਼ ਲਗਾਈਆਂ ਹੋਈਆਂ ਨੇ। @ ਹੰਬਲ ਮੋਸ਼ਨ ਪਿਕਚਰਸ ਹੈਸ਼ਟੈਗ ਸਾਗਾ ਮਿਊਜ਼ਿਕ ਹੈਸ਼ਟੈਗ ਯੂਨੀਸੇਸ ਹੈਸ਼ਟੈਗ ਮੰਜੇ ਬਿਸਤਰੇ 2 ਹੈਸ਼ਟੈਗ ਗਿੱਪੀ ਗਰੇਵਾਲ। ਹੁਣ ਆਪਾਂ ਗੱਲ ਕਰਦੇ ਹਾਂ ਗਾਣੇ ਦੀ ਡਿਟੇਲਸ ਬਾਰੇ, ਕੁਛ ਡਿਟੇਲਸ ਦੇਖਾਂਗੇ ਆਪਾਂ। ਅਤੇ ਹੁਣ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਜ਼ੁਬਾਨ ਗਾਣਾ ਕਿਵੇਂ ਦਾ ਹੋਏਗਾ। ਲੈਟਸ ਚੈੱਕ ਆਊਟ ਸਮ ਥਿੰਗਸ ਦੈਨ ਵੀ ਵਿਲ ਟੈਲ। ਹੁਣ ਆਪਾਂ ਗੱਲ ਕਰਦੇ ਹਾਂ ਕੁਛ ਉਹਦੇ ਡਿਟੇਲਸ ਬਾਰੇ। ਸਿੰਗਰ ਅਤੇ ਲਿਰਿਕਸ ਕਿਤੇ ਨੇ ਤੁਹਾਡੇ ਆਪਣੇ ਰਿੱਕੀ ਖਾਨ ਨੇ, ਮਿਊਜ਼ਿਕ ਦਿੱਤਾ ਹੈ JK ਨੇ। ਆਪਾਂ ਉਸ ਤੋਂ ਬਾਅਦ ਪਹਿਲੇ ਬਾਅਦ 'ਚ ਗੱਲ ਕਰਾਂਗੇ ਜ਼ੁਬਾਨ ਗਾਣੇ ਕਿਵੇਂ ਦਾ ਹੋਊਗਾ, ਆਪਾਂ ਡਿਸਾਈਡ ਕਰਾਂਗੇ ਕੁਛ, ਅਤੇ ਆਪਾਂ ਕੋਈ ਗੈਸਿਸ ਲਗਾਵਾਂਗੇ। ਉਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਇਹ ਜ਼ੁਬਾਨ ਗਾਣੇ ਦਾ ਮੋਸ਼ਨ ਪੋਸਟਰ ਹਾਲੇ ਆਊਗਾ। ਇਹਦਾ ਸਿੰਪਲ ਪੋਸਟਰ ਤੁਸੀਂ ਦੇਖ ਸਕਦੇ ਹੋ, ਜਲਦੀ ਦੇਖੋ ਅਤੇ ਆਪਾਂ ਨੂੰ ਰਿਵਿਊ ਅਤੇ ਕਮੈਂਟ ਕਰੋ ਕਿਵੇਂ ਦਾ ਪੋਸਟਰ ਲੱਗਾ, ਕੀ ਚੱਕਰ ਹੈ, ਕਿਵੇਂ ਅੱਛਾ ਤੁਹਾਨੂੰ ਅੱਛਾ ਲੱਗਾ ਕਿ ਨਹੀਂ ਲੱਗਾ। ਗਿੱਪੀ ਗਰੇਵਾਲ ਅਤੇ ਰਿੱਕੀ ਖਾਨ JK ਨੂੰ ਸਾਡੀ ਬਹੁਤ ਬਹੁਤ ਵਧਾਈ, ਤੁਹਾਡੀ ਨਵੀਂ ਫਿਲਮ ਆਉਣ ਵਾਲੀ ਹੈ। ਜ਼ੁਬਾਨ ਗਾਣਾ ਤੁਹਾਡਾ ਮੈਨੂੰ ਬਹੁਤ ਵਧੀਆ ਲੱਗੂਗਾ। ਅਤੇ ਮੰਜੇ ਬਿਸਤਰੇ 2 ਲਈ ਸਾਡੀ ਟੀਮ ਵੱਲੋਂ ਬਹੁਤ ਬਹੁਤ ਸ਼ੁਭਕਾਮਨਾ। ਅਤੇ ਮੰਜੇ ਬਿਸਤਰੇ 2 ਉਹਨਾਂ ਨੇ ਪਹਿਲੇ ਦਿਖਾਇਆ ਸੀ ਇੰਡੀਆ ਵਿੱਚ, ਹੁਣ ਚਾਹੇ ਦਿਖਾਉਣਗੇ ਕੈਨੇਡਾ ਵਿੱਚ। ਦੇਖਦੇ ਹਾਂ ਕੀ ਹੁੰਦਾ ਹੈ ਕੀ ਨਹੀਂ, ਉਹ 'ਚ ਬਹੁਤ ਵਧੀਆ ਹੋਊਗਾ, ਹਾਸੇ ਮਜ਼ਾਕ ਤਾਂ ਹੋਊਗਾ, ਬੋਲੀਵੁੱਡ ਹੁੰਦਾ ਹੀ ਹਾਸੇ ਮਜ਼ਾਕ ਲਈ ਹੈ। ਅਤੇ ਇਹ 'ਚ ਰੋਮਾਂਟਿਕ ਹੋਏਗਾ, ਸੈਡ ਵੀ ਹੋ ਸਕਦਾ ਹੈ, ਕੁਛ ਸੈਡ ਕੁਛ ਰੋਮਾਂਟਿਕ ਅਤੇ ਕੁਛ ਹਾਸਾ ਮਜ਼ਾਕ ਕੋਮੇਡੀ ਵੀ ਹੋਏਗੀ। ਦੇਖਦੇ ਹਾਂ ਹੁਣ ਕਿਵੇਂ ਦੀ ਗੱਲਾਂ ਆਉਂਦੀਆਂ ਨੇ, ਰਿਵਿਊਜ਼ ਆਉਂਦੇ ਨੇ ਫਿਲਮ ਦੇ, ਆਪਾਂ ਉਹ ਵੀ ਕਰਾਂਗੇ। ਅਤੇ ਹੁਣ ਆਪਾਂ ਤੁਸੀਂ ਦੇਖ ਲਿਆ ਪੋਸਟਰ ਨੂੰ, ਹੁਣ ਆਪਾਂ ਕੁਛ ਗੱਲ ਕਰਦੇ ਜ਼ੁਬਾਨ ਗਾਣੇ ਬਾਰੇ। ਜ਼ੁਬਾਨ ਮੀਨਸ ਹੁਣ ਉਹ ਕਰਨਗੇ ਗੱਲ, ਜਿਵੇਂ ਆਪਾਂ ਬੋਲਦੇ ਹਾਂ ਕੀ ਕਰਦੇ ਹਾਂ, ਜ਼ੁਬਾਨ ਮਤਲਬ ਕੁਛ ਪ੍ਰੋਮਿਸ ਵਗੈਰਾ ਕਰਨਗੇ ਜਿਹਦੇ ਨਾਲ ਉਹ ਗਾਣਾ ਬਣਾਇਆ ਗਿਆ ਹੈ। ਨਾਲ ਫਿਲਮ ਚਲਦੀ ਰਹੇਗੀ, ਲੋਕ ਇੰਜੋਏ ਕਰਨਗੇ, ਥੀਏਟਰਸ ਵਿੱਚ ਫਿਲਮ ਆਏਗੀ। ਲੈਟਸ ਸੀ, ਗਿਵ ਅਵੇ ਵੀ ਕਰਾਂਗੇ ਆਪਾਂ ਤੁਹਾਨੂੰ। ਪਹਿਲੇ ਜਲਦੀ ਲਾਈਕ ਕਰ ਦਿਓ ਵੀਡੀਓ ਨੂੰ, ਅਤੇ ਜਿੰਨੇ ਜਿੰਨੇ ਲੋਕ ਲਾਈਕ ਕਰੀ ਜਾਣਗੇ ਆਪਾਂ ਨੂੰ ਨੋਟੀਫਿਕੇਸ਼ਨ ਆਈ ਜਾਣਾ ਉਹਨਾਂ ਦਾ। ਅਤੇ ਹੁਣ ਫਿਰ ਆਪਾਂ ਦੱਸਾਂਗੇ ਕਰਾਂਗੇ ਕੁਛ, ਅਤੇ ਤਾਂ ਹੀ ਆਪਾਂ ਗਿਵ ਅਵੇ ਦੇਵਾਂਗੇ ਫ੍ਰੀ ਟਿਕਟਸ ਜਿਹੜੇ ਮਰਜ਼ੀ ਸ਼ਹਿਰ 'ਚ ਤੁਸੀਂ ਲੈ ਲਓ PVR ਸਿਨੇਮਾ ਦੀ। ਦੇਖਦੇ ਹਾਂ ਹੁਣ ਕੀ ਹੁੰਦਾ ਹੈ, ਲੈਟਸ ਗੋ। ਟਾਟਾ ਬਾਏ ਬਾਏ, ਸਬਸਕ੍ਰਾਈਬ ਦਾ ਚੈਨਲ।